ਲੁਧਿਆਣੇ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਲਟੇਰਿਆਂ ਨੇ ਦਿਨ ਦਿਹਾੜੇ ਇੱਕ ਵਪਾਰੀ 'ਤੇ ਹਮਲਾ ਕਰ ਦਿੱਤਾ। ਉਸ ਕੋਲੋਂ 9 ਲੱਖ ਰੁਪਏ ਅਤੇ 2 ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਿਵ ਹਜੋਰੀ ਫੈਕਟਰੀ ਦੇ ਮਾਲਕ ਰਾਧੇ ਸ਼ਿਆਮ ਥਾਪੜ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਗੱਡੀ ਵਿੱਚ ਆਇਆ ਸੀ। ਕੁਝ ਸੈਕਿੰਟਾਂ ਬਾਅਦ ਜਦੋਂ ਗੱਡੀ ਤੋਂ ਬਾਹਰ ਆਇਆ ਤਾਂ ਉਸ 'ਤੇ ਹਮਲਾ ਕਰ ਦਿੱਤਾ। ਜਿਵੇਂ ਹੀ ਫੈਕਟਰੀ ਦੇ ਗੇਟ ਅੰਦਰ ਗਿਆ ਤਾਂ ਪਿੱਛੋਂ ਤੋਂ ਆਏ ਲੁਟੇਰੇ ਨੇ ਉਸਦੇ ਸਿਰ 'ਤੇ ਰਾੜ ਮਾਰੀ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ, ਜਿਸ ਦੌਰਾਨ ਲੁਟੇਰੇ ਉਸ ਕੋਲੋਂ ਬੈਗ ਖੋਹ ਕੇ ਫਰਾਰ ਹੋ ਜਾਂਦੇ ਹਨ। ਬੈਗ ਵਿੱਚ 9 ਲੱਖ ਰੁਪਏ ਦੀ ਨਕਦੀ ਅਤੇ 2 ਲੱਖ ਰੁਪਏ ਦੇ ਮੋਬਾਈਲ ਫੋਨ ਸਨ। ਲੁੱਟ ਦੀ ਸਾਰੀ ਘਟਨਾ ਫੈਕਟਰੀ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਦੋਂ ਪੁਲਿਸ ਥਾਣੇ ਨੂੰ ਰਿਪੋਰਟ ਕੀਤੀ ਤਾਂ ਥਾਣਾ ਮੋਤੀ ਨਗਰ ਦੇ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਉਹ ਸਾਰੇ ਪਹਿਲੂਆਂ 'ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਘਰੋਂ ਚੱਲਿਆ ਅਤੇ 8:28 ਦੇ ਕਰੀਬ ਮੇਰੀ ਕਾਰ ਬਾਹਰ ਆਈ ਹੈ। ਡਰਾਈਵਰ ਮੇਰਾ ਕਾਰ ਚਲਾ ਰਿਹਾ ਸੀ, ਮੈਂ ਪਿੱਛੇ ਸੀ। ਉਹਦੇ ਵਿੱਚ ਸਾਡੀ ਫੈਕਟਰੀ ਚਾਬੀਆਂ, ਦੁਪਹਿਰ ਦਾ ਲੰਚ ਵਗੈਰਾ ਪਿਆ ਹੁੰਦਾ, ਬਾਦਲ ਨੇ ਬਾਸਕਿਟਸ ਕੱਢੀਆਂ, ਬਾਦਲ ਅੰਦਰ ਆ ਗਿਆ, ਮੈਂ ਬੈਗ ਲੈ ਕੇ ਉਤਰ ਗਿਆ। ਉਤਰਨ ਤੋਂ ਬਾਅਦ ਮੈਂ ਗੇਟ ਦੇ ਅੰਦਰ ਐਂਟਰ ਕੀਤੇ, ਜਸਟ ਮੈਂ 5-7-10 ਕਦਮ ਹੀ ਅੰਦਰ ਗਿਆ ਹੋਣਾ, ਮੈਂ ਇੱਕਦਮ ਬੇਹੋਸ਼ ਹੋ ਕੇ ਗਿਰ ਗਿਆ। ਮੈਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ। ਇਹ ਗੱਲ ਹੈਗੀ 8:30 ਦੇ ਕਰੀਬ, 8 ਜੋ ਕੈਮਰਾ ਦੱਸਦਾ ਪਿਆ, ਕੈਮਰੇ ਹਿਸਾਬ ਨਾਲ 8:30-32 ਦੀ ਗੱਲ ਹੈ। ਉਹ 6 ਬੰਦੇ ਦੇਖੇ ਜੀ ਅਸੀਂ, 2 ਬਾਈਕਾਂ 'ਤੇ 6 ਬੰਦੇ ਸੀ। ਕੈਸ਼ ਮੇਰਾ ਸੀਗਾ ਜੀ 9:15 ਤੋਂ ਲੈ ਕੇ 9:30 ਦੇ ਕਰੀਬ। ਜੀ ਖੋਹ ਦਾ ਮੈਟਰ ਹੈਗਾ, ਸ਼ਿਵ ਹੌਜ਼ਰੀ ਫੈਕਟਰੀ ਹੈਗੀ ਹੈ ਲੋਕਲ ਆ ਕੇ ਰੋਡ 'ਤੇ, ਸੋ ਦਿਸ ਇਜ਼ ਬੀਇੰਗ ਇਨਵੈਸਟੀਗੇਟਿਡ। ਬਾਕੀ ਜਿਹੜੇ ਫੈਕਟਸ ਹੈ ਤੁਹਾਨੂੰ ਫਿਰ ਰਿਵੀਲ ਕਰ ਦਿਆਂਗੇ। ਮੈਂ ਕੋਈ ਹਜੇ ਤੱਕ ਸੀਸੀਟੀਵੀ ਫੁਟੇਜ ਖੰਗਾਲੀ ਗਈ, ਕੁਝ ਪਤਾ ਲੱਗ ਪਾਇਆ ਕਿੱਥੋਂ ਦੀ ਕਿੱਧਰੋਂ ਆਏ ਸੀਗੇ? ਹਾਂਜੀ ਖੰਗਾਲ ਰਹੇ ਹਾਂ, ਦੀ ਪ੍ਰੋਸੈਸ ਇਜ਼ ਔਨਗੋਇੰਗ, ਚੱਲ ਰਿਹਾ। ਜਦੋਂ ਹੀ ਫੈਕਟ ਸਾਡੇ ਕੋਲ ਸਾਹਮਣੇ ਆਉਂਦੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ। ਕਿੰਨੇ ਕੁ ਮਤਲਬ ਕਿੰਨੇ ਕੁ ਲੋਕ ਸੰਖਿਆ ਕਿੰਨੀ ਸੀਗੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ? ਮੈਮ 2 ਮੋਟਰਸਾਈਕਲਾਂ ਦੇ ਸੀਗੇ ਜੋ ਬੰਦੇ ਸੀਗੇ। ਕਿੰਨਾ ਕਿੰਨਾ 'ਤੇ ਆਏ ਸੀ ਮੈਮ, ਥੋੜ੍ਹਾ ਵੈਰੀਫਾਈ ਕਰ ਰਹੇ ਹਾਂ ਜੀ।